ਜੀ ਜਨਾਬ ਕੀ ਹਾਲ ਚਾਲ ਮੇਰਾ ਨਾਮ ਹੈ ਸਾਵਨ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਮਿਸਟਰ ਸੁਨੀਤ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਪੂਰਾ ਸੁਨੀਤ ਇਹਦੇ ਪਿੱਛੇ ਕਹਾਣੀ ਕੀ ਆ ਮੇਰੇ ਨਾਂ ਚੈਨਲ ਦਾ ਨਾਮ ਮਿਸਟਰ ਸੁਨੀਤ ਕਿਉਂ ਆ ਸਾਰਾ ਤੁਹਾਨੂੰ ਦੱਸ ਦਿਆ ਆਹ ਹੈਗਾ ਸ਼ੀਤਲਾ ਮਾਤਾ ਮੰਦਿਰ ਇੱਥੋਂ ਸ਼ੁਰੂ ਹੋ ਜਾਂਦਾ ਸੁਨੀਤ ਦਿਖਾਉਂਦੇ ਹਾਂ ਤੁਹਾਨੂੰ ਸੁਨੀਤ ਦੀਆਂ ਗਲੀਆਂ ਗਲੀਆਂ गुरुद्वारा आला लालूपति सुनेत ठीक है जी मशहूर गुरुद्वारा सुनेत का एक ही बड़ा आ है अपना बरोटा जिड़ी सारे पिंड होंगे ही है अपने पिंड के प्लेयर उभर रहे कलाकार जिहड़ा आ बंदा ये थोनू दसूगा एक्सरसाइज बारे ये भी आने वाली है वीडियो बहुत जल्दी तो आगा जी अपना राहुल सुनीत होर थोड़ी देर तक इस बंदे नाम पर भी गूगल होया करनगे इहदा भी इंटरव्यू आने वाला बहुत जल्दी अख ही नहीं मिलांदा पतंदर आ हैगे ने जी सोनी सुनीत उच्चा पिंड सुनीत तो ही ने हुण इह जा बाहर चले गए कैनेडा तो कैनेडा दे विच ही रहिंदे ने जदों हुण कबड्डी कप होया सीगा उदों इह उहनां वल्लों खेडे सीगे कैप्टन सीगे कैनेडा दे ते कोई इहो जिहा मैं कहिंदा कोई बंदा नहीं होऊगा जिहड़ा कबड्डी दे बारे जाणदा होवे ते सोनी सुनीत बारे ना जाणदा होवे उच्चा पिंड सुनीत दे उप्पर वीडियो बणे ते सोनी सुनीत दा नाम ना आवे इदां हो ही नहीं सकदा तो इहनां दे नाम तों बगैर अपनी जिहड़ी वीडियो सीगी उह इनकम्प्लीट सीगी तां करके इहनां दा नाम मैनशन करना ज़्यादा जरूरी सीगा सुनीत दा दरवाजा अगे अपना घर सीधा जाके ठीक है जी हाँ तो थोनू आला आप दिखाता हूँ आप परले बन्ने जिहड़ा दूसरा दरवाजा वह भी दिखाने गुरद्वारा आह मशहूर आ करके बदनाम आएगा जी अपने पिंड का दूसरा दरवाजा रविदास पिंड का लाल किला देख अभी इधर शिफ्ट कराता वा मैं थोनू हूँ दस दें आप इन उच्चा पिंड सुनीत कहते क्यों वा नैना देवी चढ़ाई ला लो ठीक है हले उत्ते चढ़ना है फिर देखो कि चढ़ना है तो सौखे तरीके थले लग जाए हाथी मत्था भी आऊगा इतने देख रहे हाथी मत्था करके कहते हैं उच्चा पिंड से बोलता तेरी जान निकल जानी चढ़न लगे साइड फाटक ने ਸਾਡਾ ਗੁਰਦੁਆਰਾ ਦੀਗਾ ਉਹ ਦੇਖੋ ਹੋ ਜੀ ਇਹਨਾਂ ਦਾ ਗੁਰਦੁਆਰਾ ਡਾਕਖਾਨਾ ਆ ਸਾਰਾ ਡਾਕਖਾਨੇ ਦਾ ਗਰਾਊਂਡ ਆ ਠੀਕ ਹੈ ਜੀ ਇੱਥੇ ਆ ਕੇ ਕਈ ਜਣੇ ਮੈਚ ਵੀ ਖੇਡਦੇ ਆ ਕੁਝ ਸ਼ਾਮ ਨੂੰ ਨਜਾਬਤਾ ਵੀ ਕਰਦੇ ਆ ਠੀਕ ਹੈ ਜੀ ਸਾਰੇ ਤੇ ਹੁਣ ਤੁਹਾਨੂੰ ਦੱਸਦੇ ਆ ਜੀ ਆਪਾਂ ਇਹਨੂੰ ਸੁਨੀਤ ਨੂੰ ਸੁਨੀਤ ਕਿਹਾ ਕਿਉਂ ਜਾਂਦਾ ਵਾ ਇਹਦੀ ਹਿਸਟਰੀ ਕੀ ਆ ਮੇਰੇ ਨਾਮ ਦਾ ਮਿਸਟਰ ਸੁਨੀਤ ਚੈਨਲ ਕਿਉਂ ਆ ਉਹ ਸਾਰੀ ਗੱਲਾਂ ਤੁਹਾਨੂੰ ਦੱਸਾਂਗੇ ਅੱਜ ਅਤੇ ਸ਼ੁਰੂ ਕਰਦੇ ਜੀ ਪਹਿਲਾਂ ਤਾਂ ਇਹਦੇ ਇਤਿਹਾਸ ਸੁਨੀਤ ਮਤਲਬ ਇੱਕ ਰਾਜਾ ਹੁੰਦਾ ਸੀਗਾ ਅਤੇ ਉਹਨੂੰ ਮਾਸ ਖਾਣ ਦੀ ਆਦਤ ਸੀਗੀ ਇਨਸਾਨ ਦਾ ਅਤੇ ਜਿੰਨੇ ਵੀ ਉਹ ਬੱਚੇ ਹੁੰਦੇ ਸੀਗੇ ਛੋਟੇ ਹੁੰਦੇ ਸੀਗੇ ਉਹਨਾਂ ਦਾ ਉਹ ਖਾ ਲੈਂਦਾ ਸੀਗਾ ਮਾਰ ਕੇ ਖਾ ਲੈਂਦਾ ਸੀਗਾ ਉਹਨਾਂ ਨੂੰ ਅਤੇ ਉਹਨਾਂ 'ਚੋਂ ਕਿਤੇ ਇੱਕ ਜਨਾਨੀ ਸੀਗੀ ਉਹ ਤਾਂ ਇੱਕੋ ਇੱਕ ਬੱਚਾ ਸੀਗਾ ਅਤੇ ਉਹ ਹੁਣ ਦੇਣਾ ਨਹੀਂ ਚਾਹੁੰਦੀ ਸੀ ਆਪਣੇ ਬੱਚਾ ਉਹਨੂੰ ਪਿਆਰਾ ਸੀਗਾ ਅਤੇ ਉਹਨੇ ਕੀ ਕੀਤਾ ਜਾ ਕੇ ਨਾ ਕਿਸੇ ਇੱਕ ਸਾਧ ਦੇ ਕੋਲ ਉਹਨਾਂ ਨੂੰ ਕਿਹਾ ਕਿ ਭਾਈ ਮੇਰੇ ਇੱਕੋ ਇੱਕ ਬੱਚਾ ਵਾ ਅਤੇ ਇਹ ਜਿਹੜਾ ਬੰਦਾ ਜਿਹੜਾ ਰਾਜਾ ਵਾ ਉਹ ਮਾਰ ਦੂਗਾ ਮੇਰੇ ਬੱਚੇ ਨੂੰ ਬਚਾ ਲਓ ਤੁਸੀਂ ਕਿਸੇ ਤਰੀਕੇ ਦੇ ਨਾਲ ਅਤੇ ਉਹ ਬੱਚੇ ਨੂੰ ਫਿਰ ਉਹ ਸਾਧ ਨੇ ਆਪਣੇ ਕੋਲ ਰੱਖ ਲਿਆ ਮਤਲਬ ਰਾਜਾ ਖੁਦ ਗਿਆ ਉਹਦੇ ਕੋਲ ਕਿ ਹਾਂ ਤੂੰ ਦੇ ਕਿਉਂ ਨਹੀਂ ਰਿਹਾ
ਕਿਉਂਕਿ ਉਹ ਪਹੁੰਚਿਆ ਹੋਇਆ ਬੰਦਾ ਸੀਗਾ। ਰਾਜਾ ਨੇ ਉਹਨੂੰ ਕਿਹਾ ਕਿ ਭਾਈ ਮੈਨੂੰ ਤਾਂ ਜ਼ਰੂਰੀ ਆ, ਕਿਉਂ ਇਸ ਘਰ ਦੀ ਵਾਰੀ ਆ ਅਤੇ ਇਹਨਾਂ ਨੂੰ ਦੇਣਾ ਹੀ ਪੈਣਾ ਵਾ, ਬਿਨਾਂ ਰੂਲ ਬਣਾਇਆ ਹੋਇਆ। ਬਥੇਰਾ ਸਮਝਾਇਆ ਉਸ ਸਾਧ ਨੇ ਵੀ ਉਹਨੂੰ ਰਾਜੇ ਨੂੰ, ਬਟ ਉਹ ਮੰਨਿਆ ਨਹੀਂ ਹੈਗਾ। ਅਤੇ ਉਹਨੇ ਕੀ ਕੀਤਾ, ਕਹਿੰਦਾ ਤੂੰ ਨਹੀਂ ਹਟਣਾ ਹੈਗਾ, ਮਤਲਬ ਉਹਨੇ ਉਹਨੂੰ ਬਥੇਰਾ ਸਮਝਾਇਆ ਕਿ ਤੂੰ ਨਹੀਂ ਹਟਣਾ ਹੈਗਾ, ਆਹ ਕੰਮ ਛੱਡ ਦੇ, ਬੱਚੇ ਖਾਣੇ ਛੱਡ ਦੇ, ਨਹੀਂ ਚੰਗੀ ਚੀਜ਼ ਨਹੀਂ ਹੈਗੀ। ਅਤੇ ਉਹ ਬਥੇਰਾ ਸਮਝਾਇਆ ਪਰ ਉਹ ਮੰਨਿਆ ਨਹੀਂ ਹੈਗਾ। ਅਤੇ ਉਹ ਕਹਿੰਦੇ ਚੱਲ ਇੱਦਾਂ ਕਿ ਤੈਨੂੰ ਆਪਣਾ ਬੜਾ ਮਾਣ ਆ ਨਾ ਆਪਣੇ ਉਹਦੇ 'ਤੇ ਰਾਜ 'ਤੇ। ਕਹਿੰਦਾ ਇੱਥੇ ਉਹਦੇ ਕੋਲ ਇੱਕ ਕੌਲੀ ਪਈ ਸੀਗੀ, ਕੌਲੀ ਘੜਾ ਟਾਈਪ ਸੀਗਾ ਉਹਦੇ ਕੋਲ ਪੂਲ ਗਿਆ। ਅਤੇ ਉਹਨੇ ਕੀ ਕੀਤਾ, ਸਿੱਧਾ ਹੀ ਬਸ ਉਹਨੂੰ ਚੱਕ ਕੇ ਉਲਟਾ ਮਾਰਤਾ, ਕੌਲੀ ਨੂੰ ਉਲਟਾ ਮਾਰਤਾ। ਅਤੇ ਉਹਨੇ ਕਿਹਾ ਪਿੱਛੇ ਮੁੜ ਕੇ ਦੇ, ਜਦੋਂ ਪਿੱਛੇ ਮੁੜ ਕੇ ਦੇਖਿਆ ਉਹਨੇ ਉਹਦਾ ਪੂਰਾ ਰਾਜ ਜਿਹੜਾ ਸੀਗਾ, ਰਿਆ ਮਹਿਲ ਜਿੰਨਾ ਵੀ ਸੀਗਾ ਉਹ ਸਾਰਾ ਗਰਕ ਗਿਆ ਥੱਲੇ, ਮਤਲਬ ਧੱਸ ਗਿਆ ਉਹਦਾ, ਖੜ੍ਹੇ ਖੜ੍ਹੀ ਜਿਹੜਾ ਜ਼ਮੀਨ ਦੇ ਥੱਲੇ ਜਾ ਗਿਆ। ਤਾਂ ਇਹ ਸੀਗੀ ਸਨੇਤ ਦੀ ਸਟੋਰੀ। ਅਤੇ ਸਨੇਤ ਵਾਲੀ ਵੀ ਹੈਗਾ ਵਾ ਇੱਥੇ ਆਪਣੇ, ਚਲੋ ਉਹ ਥੋੜ੍ਹਾ ਜਿਹਾ ਨਾ ਦੂਰ ਪੈ ਜਾਂਦਾ ਵਾ, ਅਤੇ ਤੁਹਾਨੂੰ ਹੋਇਆ ਤਾਂ ਕਿਸੇ ਦਿਨ ਉਹ ਵੀ ਦਿਖਾ ਦੇਵਾਂਗੇ। ਵੀਡੀਓ ਹੋ ਗਈ ਸੀ ਲੰਬੀ, ਤਾਂ ਕਰਕੇ ਆਪਾਂ ਜਿਹੜੀ ਆਹ ਸੁਨੇਤ ਵਾਲੀ ਵੀਡੀਓ ਆ ਨਾ, ਇਹਨੂੰ ਆਪਾਂ ਦੋ ਪਾਰਟ ਦੇ ਵਿੱਚ ਲੈ ਕੇ ਆਵਾਂਗੇ। ਦੂਸਰੇ ਪਾਰਟ ਨੂੰ ਦੇਖਣਾ ਨਾ ਭੁੱਲਿਓ, ਉਹ ਵੀ ਇੰਟਰਸਟਿੰਗ ਆ, ਪਹਿਲਾਂ ਤੁਸੀਂ ਦੇਖ ਲਿਆ ਅਤੇ ਦੂਸਰਾ ਵੀ ਕੱਲ੍ਹ ਹੀ ਆ ਰਿਹਾ ਵਾ। ਜਿਹੜੀ ਕੱਲ੍ਹ ਵੀਡੀਓ ਆਊਗੀ ਉਹਦੇ ਵਿੱਚ ਆਪਾਂ ਦਿਖਾਵਾਂਗੇ ਕਿ ਜਿਹੜੀਆਂ ਸੁਨੇਤ ਦੀਆਂ ਲੋਕੇਸ਼ਨਸ ਕਿਹੜੀਆਂ ਕਿਹੜੀਆਂ ਨੇ। ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ, ਲਾਈਕ ਕਰ ਦਿਓ ਵੀਡੀਓ ਨੂੰ, ਸ਼ੇਅਰ ਕਰ ਦਿਓ, ਜਿਹੜੇ ਸੁਨੇਤ ਵਾਲੇ ਉਹਨਾਂ ਨੂੰ ਤਾਂ ਬਣਦਾ ਵਾ ਸ਼ੇਅਰ ਕਰਨਾ। ਸੋ ਠੀਕ ਹੈ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ।